ਮੈਂ ਆਪ ਇੱਕ ਟੀਚਰ ਦਾ ਬੇਟਾ, ਮੈਂ ਸਕੀਮ ਦੇ ਹੱਕ 'ਚ ਹਾਂ ਕਿਉਂਕਿ 2004 ਤੋਂ ਬਾਅਦ ਕੀ ਕੀਤਾ, ਮੁਲਾਜ਼ਮ ਕੰਮ ਕਰ ਰਹੇ ਨੇ, ਸਰਕਾਰ ਉਹਨਾਂ ਦਾ ਜਿਹੜਾ ਪੈਸਾ ਕੱਟ ਰਹੀ ਹੈ, ਜਿਹੜਾ ਕਿ ਉਹਨਾਂ ਨੂੰ ਪੈਨਸ਼ਨ ਬਾਅਦ ਮਿਲਣਾ ਹੁੰਦਾ ਪੈਨਸ਼ਨ ਵੇਲੇ, ਉਹਨੂੰ ਸ਼ੇਅਰ ਮਾਰਕੀਟ 'ਚ ਲਾ ਦਿੰਦੀ ਹੈ। ਸਾਨੂੰ ਪੁੱਛ ਕੇ ਲਾਇਆ, ਫਰਜ਼ ਕਰ ਲਓ ਕਿਸੇ ਬੈਂਕ 'ਚ ਲਾਤਾ ਜੀ ਪੈਸਾ ਤੁਹਾਡਾ, ਕੋਈ ਨੀਰਵ ਮੋਦੀ ਦਾ ਭਾਈ ਆਇਆ ਧੀਰਜ ਮੋਦੀ, ਉਹ ਲੁੱਟ ਕੇ ਭੱਜ ਗਿਆ, ਅਤੇ ਤੁਹਾਨੂੰ ਕੀ ਕਹਿਣਗੇ, ਬੈਂਕ ਨੂੰ ਨਹੀਂ ਘਾਟਾ ਪਿਆ, ਤੁਹਾਨੂੰ ਕਹਿਣਗੇ ਸੌਰੀ ਜੀ ਤੁਹਾਡਾ ਪੈਸਾ ਲੈ ਕੇ ਭੱਜ ਗਿਆ। ਤੁਹਾਡਾ ਕੀ ਕਸੂਰ ਹੈ ਜੀ, ਤੁਸੀਂ ਕਹਿ ਕੇ ਲਵਾਇਆ ਉਹਨਾਂ ਤੋਂ? ਇਹ ਮੁਲਾਜ਼ਮਾਂ ਦੇ ਪੈਸੇ ਨੂੰ ਉਦਯੋਗਪਤੀਆਂ ਦਾ ਕਰਜ਼ਾ ਲਾਉਣ ਵਾਸਤੇ ਵਰਤ ਰਹੇ ਨੇ, ਇਹ ਗੱਲ ਸਮਝ ਲਓ, ਨਹੀਂ ਤਾਂ ਤੁਸੀਂ ਪੈਸੇ ਕਟਾਈ ਜਾਂਦੇ ਤਨਖਾਹ 'ਚੋਂ, ਜਦੋਂ ਟਾਇਰ ਹੋ ਗਏ, ਕਈ ਇਹੋ ਜਿਹੇ ਵੀ ਨੇ ਜੇ 25-25 ਸਾਲ ਨੌਕਰੀ ਕਰਕੇ ਟਾਇਰ ਹੋ ਗਏ, ਹੋ ਸਕਦਾ 1,000 ਰੁਪਇਆ ਪੈਨਸ਼ਨ ਮਿਲੇ ਕਿਉਂਕਿ ਤੁਹਾਡਾ ਪੈਸਾ ਡੁੱਬ ਗਿਆ ਸ਼ੇਅਰ ਮਾਰਕੀਟ 'ਚ। ਸਾਨੂੰ ਪੁੱਛ ਕੇ ਲਾਇਆ ਜੀ, ਅਸੀਂ ਤਾਂ ਕਹਿੰਦੇ ਜੋ ਸਾਡਾ ਕਟਾਇਆ ਉਹ ਸਾਨੂੰ ਦੇ ਦਿਓ, ਵਿਆਸ ਸਮੇਤ ਦੇ ਦਿਓ, ਪਹਿਲਾਂ ਮਿਲਦਾ ਹੀ ਸੀਗਾ 2-4 ਤੋਂ ਪਹਿਲਾਂ। ਅਸੀਂ ਉਹ ਓਲਡ ਪੈਨਸ਼ਨ ਸਕੀਮ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਤਾ, ਅਸੀਂ ਉਹਨੂੰ ਵਿਧਾਨ ਸਭਾ 'ਚ ਲੈ ਕੇ ਆਵਾਂਗੇ। ਕੇਂਦਰ ਨੇ ਕੀ ਕਿਹਾ, ਕਹਿੰਦੇ ਅਸੀਂ ਤੁਹਾਡੇ ਪੈਸੇ ਨਹੀਂ ਮੋੜਦੇ, 18,000 ਕਰੋੜ ਪਿਆ ਜੀ ਉੱਥੇ ਜਿਹੜਾ ਤੁਹਾਡਾ ਕੱਟ ਲਿਆ ਆਲਰੇਡੀ, ਕਹਿੰਦੇ ਅਸੀਂ ਦਿੰਦੇ ਨਹੀਂ। ਪਰ ਹੁਣ ਉਹਨਾਂ ਨਾਲ ਲੜਾਂਗੇ, ਹੋਰ ਕੀ ਕਰੀਏ ਫਿਰ? ਅਸੀਂ ਕਿਹਾ ਜੀ ਸਾਡੇ, ਜੇ ਤੁਸੀਂ ਸਾਨੂੰ ਸੈਂਟਰ ਵੱਲੋਂ ਕੋਈ ਰਾਜ ਨੂੰ ਸਟੇਟ ਨੂੰ ਕੋਈ ਰਿਆਇਤ ਨਹੀਂ ਦੇਣੀ, ਕੋਈ ਸਾਨੂੰ ਸਹਾਇਤਾ ਨਹੀਂ ਦੇਣੀ, ਘੱਟੋ ਘੱਟ ਸਾਡੇ ਵਾਲੇ ਤਾਂ ਮੋੜ ਦਿਓ। GST ਦਾ ਪੈਸਾ ਉੱਥੇ ਫਸਿਆ ਪਿਆ, ਰੂਰਲ ਡਿਵੈਲਪਮੈਂਟ ਫੰਡ ਦਾ ਉੱਥੇ ਫਸਿਆ ਪਿਆ, ਤੁਹਾਡੇ ਵਾਲੇ ਪੈਸੇ ਉੱਥੇ ਫਸੇ ਪਏ ਨੇ, ਇਹ ਤਾਂ ਧੱਕੇਸ਼ਾਹੀ ਅਤੇ ਤਾਨਾਸ਼ਾਹੀ ਹੈ, ਇਹਦੇ ਵਿਰੁੱਧ ਲੜਨਾ ਪਊਗਾ ਆਪਾਂ ਨੂੰ। ਹਰ ਵਾਰੀ ਐਂ ਨਾ ਕਿਹਾ ਕਰੋ ਕਿ ਜੀ ਆਹ ਦੇਖੋ ਜੀ ਮੁਰਦਾਬਾਦ ਦੁੱਖ ਹੋਇਆ, ਜਦੋਂ ਅਸੀਂ ਤਾਂ ਨੋਟੀਫਿਕੇਸ਼ਨ ਦੇ ਲਓ ਅਤੇ ਕੁਛ ਤੁਹਾਡੀਆਂ ਮੁਲਾਜ਼ਮ ਲਿਸਟ ਹੁੰਦੀਆਂ ਨੇ ਹੁਣ ਐਂ ਪਾੜ ਕੇ ਡਸਟਬਿਨ ਸੁੱਟਦਾ, ਫਿਰ ਉਹਦੇ ਬਾਰੇ ਕੀ ਜਵਾਬ ਦਿਓਗੇ ਜੀ? ਹੁਣ ਸਾਡੀ ਕੋਈ ਨੀਤ ਮਾੜੀ ਹੈ, ਅਸੀਂ ਕੋਈ ਵਾਪਸ ਲੈ ਲਿਆ, ਤੇ ਜਦੋਂ ਸੈਂਟਰ ਨੇ ਕੀਤਾ ਅਸੀਂ ਨਹੀਂ ਕਰਦੇ, ਉੱਥੇ ਜਾਓ ਫਿਰ ਜਿੰਦਾਬਾਦ, ਉੱਥੇ ਜਾ ਕੇ ਤਾਂ ਕਰੋ ਨਾ ਕੁਛ, ਜਿੰਦਾਬਾਦ। ਉੱਥੇ ਗਏ ਨਹੀਂ ਗਏ ਜਦੋਂ ਉਹਨੇ ਕਹਿਤਾ ਕੋਈ OPS ਦਾ ਅਸੀਂ ਪੈਸਾ ਨਹੀਂ ਦੇਣਾ, ਉਦੋਂ ਤਾਂ ਡਸਟਬਿਨ 'ਚ ਸੁੱਟਿਆ ਨਹੀਂ ਕੁਛ। ਐਂ ਨਾ ਕਰਿਆ ਕਰੋ ਤੁਸੀਂ, ਆਪਾਂ ਇਕੱਠੇ ਲੜਨਾ ਪਊਗਾ ਆਪਾਂ ਨੂੰ, ਆਪਸ 'ਚ ਲੜਨ ਲੱਗ ਜਾਂਦੇ ਆਪਾਂ। ਸਾਡੀ ਨੀਅਤ ਸੱਚੀ ਹੈ, ਓਲਡ ਪੈਨਸ਼ਨ ਸਕੀਮ ਲਾਗੂ ਹੋਊਗੀ, ਸਾਡੇ ਵੱਲੋਂ 100% ਹੋਊਗੀ, ਉਹਦੇ ਵਾਸਤੇ ਲੜਨਾ ਪਿਆ, ਕੋਈ ਵੀ ਹੱਕ ਲੈਣਾ ਪਿਆ।